ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਬੱਲੇ ਬੱਲੇ ਆ ਡੀਨ ਫੋਟੇਨਮੈਂਟ ਲਾਈਵ ਵਾਲਿਓ ਚਾਰੇ ਪਲੇਟਫਾਰਮ YouTube Facebook Instagram ਹੁਣ ਚੌਥੀ ਰਲ ਗਈ Snapchat 76588606 ਜਿਹੜਾ ਸੱਜਣ ਮਿੱਤਰ ਐਡ ਹੋਣਾ ਚਾਹੁੰਦਾ ਮੋਸਟ ਵੈਲਕਮ ਐਡ ਹੋ ਸਕਦਾ ਜਿਹੜਾ ਕੋਈ ਜੁਆਇਨ ਕਰਨਾ ਚਾਹੁੰਦਾ YouTube ਚੈਨਲ ਨੂੰ ਜੁਆਇਨ ਕਰ ਸਕਦਾ ਨਹੀਂ ਫ੍ਰੀ ਚ ਨਜ਼ਾਰੇ ਵੱਡੋ ਅੱਜ ਦੀ ਜਿਹੜੀ ਵੀਡੀਓ ਆ ਬਹੁਤ ਮੈਨੂੰ ਇਹਨਾਂ ਦਿਨਾਂਿਆਂ ਚ ਫੋਨ ਲੱਗੇ ਸੀ ਹਉਣ ਬਾਈ ਆਪਣੇ ਨਵਾਂ ਟਰੈਕਟਰ ਲੈਣਾ 22 ਦੇ ਮਾਰਕੇ ਕਦੋਂ ਆਉਣਗੇ 22 ਦੇ ਮਾਰਕਿਆਂ ਦਾ ਕੀ ਹਿਸਾਬ ਕਿਤਾਬ ਆ 21 ਦੇ ਮਾਰਕਿਆਂ ਆਲਾ ਸਾਨੂੰ ਸਸਤਾ ਮਿਲ ਜੂ ਬੜੀਆਂ ਇਸ ਕਿਸਮ ਦੀਆਂ ਜਿਹੜੀਆਂ ਗੱਲਾਂ ਸੀ ਉਹ ਮੈਨੂੰ ਸੁਣਨ ਨੂੰ ਮਿਲਦੀਆਂ ਸੀ ਉਹਤੇ ਤੇ ਵੀਡੀਓ ਆ ਮੈਂ ਇਹ ਸਾਰੀਆਂ ਚੀਜ਼ਾਂ ਕਲੀਅਰ ਕਰਨਾ ਚਾਹੁੰਦਾ بڑے ਬੰਦਿਆਂ ਦੇ ਮਨਾਂ ਚ ਆਉ ਕਿ ਡੀਲਰਾਂ ਦਾ ਪੱਖ ਕਰਦਾ ਫਲਾਣਾ ਕਰਦਾ ਟਿੰਕਾ ਕਰਦਾ 90% ਲੋਕ ਸਮਝ ਗਏ ਮੈਂ ਕੌਣ ਹਾਂ ਮੈਂ ਕੀ ਹਾਂ ਮੈਂ ਕੀ ਕਰਦਾ ਮੈਂ ਕੀ ਕਰਨਾ ਚਾਹੁੰਦਾ 10 ਕ ਪੈਸੇ ਰਹਿ ਗਏ ਸਮਝ ਜਾਣਗੇ ਅੱਜ ਦੀ ਜਿਹੜੀ ਵੀਡੀਓ ਹੈ ਇਹ ਸਿਰਫ ਤੁਹਾਨੂੰ ਇਹ ਦੱਸਣ ਵਾਸਤੇ ਆ ਕਿ ਤੁਹਾਡਾ ਰੌਲਾ ਨਾ ਪਵੇ ਤੁਹਾਨੂੰ ਹਰ ਚੀਜ਼ ਜਿਹੜੀ ਉਹ ਕਲੀਅਰ ਕੱਟ ਪਤਾ ਲੱਗ ਜਾਵੇ ਆਧਾਰਨ ਦੇ ਤੌਰ ਤੇ 2022 ਚੜ ਚੁੱਕਿਆ ਅੱਜ ਮੇਰਾ ਖਿਆਲ ਹੈ 10 11 ਜਿਹੜੀ ਉਹ ਤਰੀਕ ਹੋਗੀ ਹੁਣ ਤੁਹਾਡਾ ਸਵਾਲ ਹੈ ਵੀ 11 12 ਤਰੀਕ ਨੂੰ ਸਾਨੂੰ ਟਰੈਕਟਰ 22 ਵਾਲਾ ਮਿਲੂਗਾ ਕਿ 21 ਵਾਲਾ ਮਿਲੂਗਾ ਇਹ ਤੁਸੀਂ ਆਪਣੇ ਡੀਲਰ ਨਾਲ ਕਲੀਅਰ ਕਰਨਾ ਕੋਈ ਤੁਹਾਡਾ ਰੋਲਾ ਨਾ ਪਵੇ ਗੋਲਾ ਨਾ ਪਵੇ ਤੁਹਾਨੂੰ ਕੋਈ ਡੀਲਰ ਮਿਸ ਗਾਈਡ ਵੀ ਨਾ ਕਰ ਦੇਵੇ ਕਈ ਡੀਲਰ ਵੀ ਮਿਸ ਗਾਈਡ ਕਰਦੇ ਨੇ ਵੀ ਜੀ ਇਹਦੇ ਅਸੀਂ ਪਲੇਟਾਂ ਬਦਲ ਦਾਂਗੇ ਫਲਾਣਾ ਕਰ ਦਾਂਗੇ ਠਿੰਕਾ ਬਦਲ ਦਾਂਗੇ ਗੱਲ ਇਹੀ ਹੈ ਟ੍ਰਿਪਲ ਪਲੇਟਾਂ ਪਲੂਟਾਂ ਬਦਲਣਾ ਕੁਝ ਨਹੀਂ ਹੋ ਸਕਦਾ ਜਿਹੜਾ ਟਰੈਕਟਰ ਪਿੱਛੋਂ 21 ਜੰਮਿਆ ਉਹ 21 ਰਹੂਗਾ ਜਿਹੜਾ 22 ਜੰਮਿਆ ਉਹ 22 ਰਹੂਗਾ ਪਰ ਕਮਿਟਮੈਂਟ ਹੁੰਦੀਆਂ ਨੇ ਜੇ ਪਿੱਛੋਂ 22 ਚ ਗਿਣਿਆ ਗਿਆ ਕੰਪਨੀ ਕਹਿ ਦਿੰਦੀ ਹੈ 22 ਚ ਬਣੂਗੀ ਤਾਂ ਉਹ 22 ਚ ਬਣ ਵੀ ਜਾਂਦਾ ਕੋਈ ਐਡੀ ਗੱਲ ਨਹੀਂ ਉਹਦਾ ਮੈਂ ਤੁਹਾਨੂੰ ਸਾਰਾ ਜਿਹੜਾ ਤਰੀਕਾਕਾਰ ਆ ਉਹ ਤੁਹਾਨੂੰ ਸਮਝਾ ਦਿੰਨਾ ਪਹਿਲਾਂ ਤਾਂ ਮੈਂ ਤੁਹਾਨੂੰ ਤਰੀਕਾ ਦੱਸ ਦਿੰਨਾ ਵੀ ਕੀ ਹੈ ਆਧਾਰਨ ਦੇ ਤੌਰ ਤੇ ਕੰਪਨੀ ਤੋਂ ਜਦੋਂ ਕੋਈ ਟਰੈਕਟਰ ਡੀਲਰ ਨੂੰ ਬਿੱਲ ਹੁੰਦਾ ਹੈ ਕੰਪਨੀ ਉਦੋਂ ਹੀ ਨਿਰਧਾਰਤ ਕਰ ਦਿੰਦੀ ਹੈ ਉਹ ਡੇਟਾ ਉਹਦਾ ਭੇਜਿਆ ਜਾਂਦਾ ਐਚਐਸਆਰਪੀ ਨੂੰ ਦਿੱਲੀ ਇੱਕ ਬੰਦਾ ਬੈਠਾ ਹੁੰਦਾ ਉਹ ਡੇਟਾ ਉਹਦਾ ਇਨਪੁਟ ਕਰਦਾ ਕਿ ਕਿਹੜੀ 21 ਆ ਕੇ 22 ਆ ਕੰਪਨੀਆਂ ਕੋਲ ਬੜੇ ਜਿਗਾੜ ਨੇ ਸਿਸਟਮ ਨੇ ਉਹ ਟਰੈਕਟਰ ਕਈ ਵਾਰ ਪੈਂਡਿੰਗ ਰੱਖ ਲੈਂਦੀਆਂ ਨੇ ਜਾਂ ਬਾਈ ਕਰਾਣ ਦੀਆਂ ਨੇ ਜਾਂ ਡੇਟਾ ਉਹਦਾ ਲੇਟ ਪਾਉਂਦੀਆਂ ਨੇ ਉਹ ਹੈਗਾ ਕੰਪਨੀ ਦਾ ਮੈਟਰ। ਤੁਹਾਨੂੰ ਸਾਰਾ ਕੁਝ ਡੀਲਰ ਨੇ ਕਲੀਅਰ ਕਰਨਾ ਉਹ ਡੀਲਰ ਨੂੰ ਕਲੀਅਰ ਹੋ ਜਾਂਦਾ ਹੁੰਦਾ। ਡੀਲਰ ਨੂੰ ਕੰਪਨੀ ਦੱਸ ਦਿੰਦੀ ਆ ਵੀ 21 ਵੱਜੂਗਾ ਕਿ 22 ਵੱਜੂਗਾ। ਠੀਕ ਆ ਜੀ। ਜੇ ਉਹ 21 ਵੱਜਣਾ ਤਾਂ ਉਹ ਤੂੰ ਤੁਹਾਨੂੰ ਡੀਲਰ ਨਾਲ ਕਲੀਅਰ ਕਰ ਲਓ। ਜੇ ਉਹ 22 ਬੱਜਣਾ ਤਾਂ ਕਲੀਅਰ ਕਰ ਲਓ ਕਾਪੀ ਤੇ ਦੋ ਡੇਟਾ ਹੁੰਦੀਆਂ ਨੇ ਹਲੇ ਤੱਕ ਤਾਂ ਜ਼ਿੰਮੇਦਾਰਾਂ ਨੂੰ ਇਹ ਹੀ ਸਮਝ ਨਹੀਂ ਆਇਆ ਵੀ ਅਸਲ ਡੇਟ ਹੁੰਦੀ ਕਿਹੜੀ ਆ ਕਾਪੀ ਤੇ ਦੋ ਡੇਟਾ ਹੁੰਦੀਆਂ ਨੇ ਇੱਕ ਹੁੰਦੀ ਆ ਮੈਨੂਫੈਕਚਰਿੰਗ ਕਿ ਕਿਹੜੇ ਸਾਲ ਦਾ ਬਣਿਆ ਦੂਜੀ ਹੁੰਦੀ ਆ ਰਜਿਸਟ੍ਰੇਸ਼ਨ ਡੇਟ ਮੈਨੂਫੈਕਚਰਿੰਗ ਡੇਟ ਤੇ ਜਿਹੜੀ ਡੇਟ ਹੋਊਗੀ ਜੇ ਉਹ 21 ਹੋਊਗੀ ਤਾਂ ਟ੍ਰਿਕੀ ਦਾ ਬਣਿਆ ਬੱਜੂਗਾ ਜੇ ਉਹ 22 ਹੋਊਗੀ ਤਾਂ 22 ਬੱਜੂਗਾ ਜਿਹੜੀ ਰਜਿਸਟ੍ਰੇਸ਼ਨ ਡੇਟ ਆ ਉਹ ਜਿਹੜੀ ਤਰੀਕ ਨੂੰ ਤੁਸੀਂ ਕਾਪੀ ਅਪਲਾਈ ਕਰਦੇ ਹੋ ਉਹ ਤਰੀਕ ਨੂੰ ਉਹ ਉਹਦੇ ਤੇ ਡੇਟਾ ਜਿਹੜੀ ਲਿਖੀ ਜਾਣੀ ਆ ਆਧਾਰਨ ਦੇ ਤੌਰ ਤੇ 21 ਮਾਡਲ ਟਰੈਕਟਰ ਆ ਕਾਪੀ ਤੁਸੀਂ ਮਾਰਚ 2022 ਚ ਬਣਾ ਰਹੇ ਹੋ ਤਾਂ ਉਹ 21 ਹੀ ਵੱਜਣਾ ਜਿਹੜੀ ਮੇਨ ਡੇਟਾ ਉਹ ਮੈਨੂਫੈਕਚਰਿੰਗ ਡੇਟ ਤੁਸੀਂ ਹਮੇਸ਼ਾ ਦੇਖਣੀ ਆ ਅਗਲੀ ਗੱਲ ਆ ਗਈ ਮਾਰਕਿਆਂ ਦੀ ਕਈ ਕੰਪਨੀਆਂ ਦਾ ਸਿਸਟਮ ਕੀ ਆ ਕਿ ਕਈ ਤਾਂ 20 ਦਸੰਬਰ ਤੋਂ ਬਾਅਦ ਏ ਟਰੈਕਟਰ 22 ਚ ਗਿਣੇ ਜਾਣ ਲੱਗ ਜਾਂਦੇ ਨੇ ਬਹੁਤ ਕੰਪਨੀਆਂ ਨੇ ਜਿਵੇਂ ਸੋਰਾਜ ਦਾ ਇੱਕ ਉਹ ਐਨਪੀਡੀ ਕਰ ਦਿੰਦੇ ਨੋ ਪ੍ਰੋਡਕਸ਼ਨ ਡੇ ਕਰ ਦਿੰਦੇ ਨੇ ਫੈਕਟਰੀ ਬੰਦ ਕਰ ਦਿੰਦੇ ਨੇ 10 ਦਿਨ ਉਹ ਤੋਂ ਬਾਅਦ ਸਿੱਧਾ ਇੱਕ ਤੋਂ ਬਿਲਿੰਗ ਕਰਦੇ ਨੇ ਨਵੀਂ ਡੇਟ ਅੱਗੇ ਕੀ ਹੁੰਦਾ ਸੀ 3-3 ਮਹੀਨੇ ਨਵੀਂ ਡੇਟ ਨਹੀਂ ਸੀ ਆਉਂਦੀ ਹੁਣ ਆਲਮੋਸਟ ਟਰੈਕਟਰ ਜਿਹੜੇ ਇੱਕ ਤੋਂ ਬਾਅਦ ਬਿਲ ਹੁੰਦੇ ਨੇ ਨਵੇਂ ਪਹਿਲੇ ਸਾਲ ਤੋਂ ਸਾਰੇ 22 ਮੈਨੂਫੈਕਚਰਿੰਗ ਉਹਨਾਂ ਦੀ ਕਾਪੀ ਤੇ ਲਿਖਿਆ ਜਾਂਦਾ ਏ ਲਿਖਿਆ ਜਾਂਦਾ ਮੈਨੂਫੈਕਚਰਿੰਗ ਉਹਨਾਂ ਦੀ 22 ਹੋ ਜਾਂਦੀ ਆ ਪਰ ਫੇਰ ਵੀ ਤੁਸੀਂ ਡੀਲਰ ਨਾਲ ਗੱਲ ਕਰ ਲਓ ਡੀਲਰ ਨਾਲ ਗੱਲ ਕਰ ਲਓ ਵੀ ਆਹ ਸਟ੍ਰੈਕਟਰ ਲੈਣ ਲੱਗਿਆ 22 ਹੋਊਗਾ ਕਿ 21 ਹੋਊਗਾ ਅਗਲੀ ਗੱਲ ਆ ਗਈ ਅਗਲੀ ਗੱਲ ਆ ਗਈ ਮਾਰਕਿਆਂ ਦੀ ਦੇਖੋ ਜਿਹੜੇ ਮਾਰਕੇ ਨੇ ਉਹ ਕੁੱਲ ਮਲਾ ਕੇ ਜਿੱਦਾਂ ਪੰਪ ਦਾ ਮਾਰਕਾ ਹੋ ਗਿਆ ਟਾਇਰਾਂ ਦਾ ਮਾਰਕਾ ਹੋ ਗਿਆ ਹੋਰ ਕਿਤੇ ਟਰੈਕਟਰ ਤੇ ਮਾਰਕਾ ਹੋ ਗਿਆ ਪਲੇਟ ਨੂੰ ਛੱਡ ਕੇ ਪਲੇਟ ਤੇ ਤਾਂ ਬਾਈ ਆ ਜਾਂਦਾ ਇੱਕ ਤਰੀਕ ਤੋਂ ਹੀ ਜਿਹੜਾ ਟਾਇਰਾਂ ਤੇ ਮਾਰਕਾ ਹੈ ਸੈਲਫ ਤੇ ਮਾਰਕਾ ਹੈ ਉਹ ਫਰਬਰੀ ਮਾਰਚ ਜਾ ਚ ਜਾ ਕੇ ਹੀ ਬਦਲਦਾ ਹੁਣ ਸਿਸਟਮ ਬਦਲੀ ਜਾਂਦਾ ਪਹਿਲਾਂ ਉਹ ਅਪ੍ਰੈਲ ਚ ਜਾਂਦਾ ਹੁੰਦਾ ਸੀ ਹੁਣ ਮਾਰਚ ਚ ਹੋ ਗਿਆ ਹੁਣ ਮੈਨੂੰ ਲੱਗਦਾ ਫਰਬਰੀ ਚ ਚ ਬਦਲੇ ਜਾਂਦੇ ਨੇ ਟਾਇਰਾਂ ਟੂਰਾਂ ਦੇ ਮਾਰ ਕੇ ਕਿਉਂਕਿ ਉਹ ਸਮਾਨ ਕੰਪਨੀ ਨੇ ਪਿਛਲੇ ਸਾਲ ਦਾ ਹੀ ਲੋਡ ਲਿਆ ਹੋਆ ਹੁੰਦਾ ਉਹ ਜਿੰਨਾ ਚਿਰ ਮੁੱਕਦਾ ਨਹੀਂ ਉਹ ਜਿਹੜਾ ਮਾਰਕ ਹੈ ਮੈਨੂਫੈਕਚਰਿੰਗ ਦਾ ਜਿਵੇਂ ਟਾਇਰਾਂ ਤੇ ਸੈਲਫ ਤੇ ਪੰਪ ਵਾਲੀ ਪਲੇਟ ਤੇ ਉਹ ਸਾਰਾ ਮਾਰਕ ਹੈ ਜਿਹੜਾ ਉਹ ਪਿਛਲੇ ਸਾਲ ਦਾ ਹੀ ਆਈ ਜਾਂਦਾ ਇਹ ਡਿਪੈਂਡ ਕਰਦਾ ਸਟਾਕ ਤੇ ਕਿਹੜੀ ਕੰਪਨੀ ਕੋ ਕਿੰਨਾ ਸਟਾਕ ਆ ਜਿਵੇਂ ਮੈਨੂੰ ਐਤ ਕੀ ਲੱਗਦਾ ਵੀ ਐਤ ਕੀ ਮਾਰਕੇ ਜਿਹੜੇ ਮਿਕਸ ਮਾਰਕੇ ਉਹਨਾਂ ਨੂੰ ਕਹਿੰਦੇ ਨੇ ਮਿਕਸ ਮਾਰਕੇ ਉਹ ਐਤ ਕੀ ਲੇਟ ਤੱਕ ਜਿਹੜਾ ਟਾਇਰਾਂ ਦਾ ਮਾਰਕ ਹੈ ਪੰਪ ਦਾ ਮਾਰਕ ਉਹ ਐਤ ਕੀ ਲੇਟ ਬਦਲੂਗਾ ਕਿਉਂਕਿ ਖੇਚੇ ਨਹੀਂ ਕੰਮੇ ਨਹੀਂ ਜੇ ਦਾ ਟਰੈਕਟਰ ਪੂਰਾ ਢੜਲੇ ਨਾਲ ਵਿਕਿਆ ਹੁੰਦਾ ਤਾਂ ਤਾਂ ਉਹ ਟਾਈਮ ਨਾਲ ਬਲ ਜਾਂਦਾ ਐਤ ਕੀ ਟਾਇਰਾਂ ਟੂਰਾਂ ਦੇ ਜਿਹੜੇ ਮਾਰਕੇ ਨੇ ਉਹ ਬਹੁਤ ਲੇਟ ਬਦਲ ਲੰਗੇ ਇਹਦੇ بجائے ਪਿੱਛੇ 19 ਨੰਬਰ ਬਿਮਾਰੀ ਚੱਲ ਰਹੀ ਸੀ ਤਾਂ ਵੀ ਇੰਨੇ ਟਰੈਕਟਰ ਵਿਕੇ ਸੀ 19 ਨੰਬਰ ਦੇ ਵਿੱਚ ਜਿਹੜਾ ਮਾਰਕ ਹੈ ਉਹ ਜਨਵਰੀ ਜਨਵਰੀ ਚ ਟਾਇਰ ਨਵੇਂ ਮੈਨ ਲੱਗਦਾ ਸਾਡੇ ਕੋਲ 5 ਤਰੀਕ ਨੂੰ ਟਾਇਰ ਜਿਹੜੇ ਨਵੇਂ ਮਾਰਕੇ ਦੀ ਕਿਦੇ ਆ ਗਏ ਸੀ ਵੀ ਵਾਲੇ ਕਿਉਂਕਿ ਖਿੱਚ ਸੀ ਸਮਾਨ ਚੱਲ ਰਿਹਾ ਸੀ ਠੀਕ ਆ ਜੀ ਮਿਕਸ ਮਾਰ ਕੇ ਕਲੀਅਰ ਹੋ ਗਏ ਇਹ ਤੁਸੀਂ ਜਦੋਂ ਟਰੈਕਟਰ ਹੱਕਣਾ ਉਦੋਂ ਦੇਖ ਲੈਣਾ ਟਾਇਰਾਂ ਤੇ ਪੰਪ ਤੇ ਇਹ ਤੂੰ ਉਹ ਗੱਲ ਕਰ ਲੈਣੀ ਆ ਪਰ ਇਹ ਗੱਲ ਦੀ ਜਿੱਦ ਚ ਨਹੀਂ ਪੈਣਾ ਬੀਜ ਟਾਇਰਾਂ ਤੇ ਪੰਪ ਤੇ ਮਾਰ ਕੇ 21 ਦਾ ਉਹ ਬਾਈ ਮੈਨੂਫੈਕਚਰਿੰਗ ਹੋ ਨਹੀਂ ਸਕਦਾ ਇਹ ਕੋਈ ਜ਼ਰੂਰੀ ਨਹੀਂ ਟਾਇਰਾਂ ਤੇ ਮਾਰ ਕੇ ਬਾਅਦ ਚ ਬਾਲਦੇ ਨੇ ਉਹਦੀ ਕਾਪੀ ਬਾਈ ਦੀ ਬਣ ਸਕਦੀ ਆ ਤੁਸੀਂ ਡੀਲਰ ਨਾਲ ਗੱਲ ਕਰਕੇ ਲੈਣਾ ਅਗਲੀ ਸਭ ਤੋਂ ਵੱਡੀ ਗੱਲ ਆ ਜ਼ਿਮੀਦਾਰਾਂ ਦਾ ਰੋਲਾ ਹੁੰਦਾ ਵੀ ਭਾਈ ਸਾਨੂੰ ਪੁਰਾਣੇ ਟਰੈਕਟਰਾਂ ਵਾਲਾ ਰੇਟ ਆ ਰੇਟ ਚ ਟਰੈਕਟਰ ਦੇ ਦਿਓ ਵੀ ਪਿਛਲੇ ਸਾਲ ਚ ਟਰੈਕਟਰ ਬਹੁਤ ਸਸਤਾ ਮਿਲ ਜਾਂਦਾ ਹੁੰਦਾ ਏਦਾਂ ਦੀ ਐਡੀ ਵੱਡੀ ਕੋਈ ਗੱਲ ਨਹੀਂ ਹੁੰਦਾ ਹੈ ਫਰਕ ਮੈਂ ਨਹੀਂ ਕਹਿੰਦਾ ਕਿ ਫਰਕ ਨਹੀਂ ਹੁੰਦਾ 5-10000 ਦਾ ਕੋਈ ਫਰਕ ਹੋ ਸਕਦਾ ਹੈ ਉਹ ਵੀ ਡੀਲਰ ਤਾਂ ਆਪਦਾ ਮਾਰਜਨ ਮੁਰਜਨ ਛੱਡ ਕੇ ਵੇਚ ਦਿੰਦਾ ਕਿਉਂਕਿ ਉਹਨੇ ਟ੍ਰਾਈਟ ਅੱਗੇ ਤੁਰਨਾ ਹੁੰਦਾ ਗਾਹ ਮਾਲ ਲੈਣਾ ਹੁੰਦਾ ਅੱਗੇ ਉਹਦੇ ਕੋਲ ਨਵੇਂ ਟ੍ਰਾਈਟ ਮਾਰਕਿਆਂ ਵਾਲੇ ਖੜੇ ਹੁੰਦੇ ਨੇ ਹੁਣ ਮੰਨ ਲਓ ਉਦਾਹਰਨ ਦੇ ਤੌਰ ਤੇ ਡੀਲਰ ਕੋਲ ਤਿੰਨ ਟਰੈਕਟਰ ਪੁਰਾਣੇ ਮਾਰਕਿਆਂ ਵਾਲੇ ਖੜੇ ਨੇ ਤਿੰਨ ਉਹਦੇ ਕੋਲ ਨਵੇਂ ਆ ਗਏ ਦੇਖੋ ਪੁਰਾਣੇ ਵਾਲਾ ਮਾਰਕਾ ਜੇ ਕੋਈ ਲਊਗਾ ਉਹ 15-20000 ਰੁਪਏ ਅਗਲਾ ਘਟਾ ਕੇ ਹੀ ਲਊਗਾ ਇਹ ਇੱਕ ਹੈਗੀ ਹੈ ਸੁਭਾਵਿਕ ਗੱਲ ਇਹ ਤੁਸੀਂ ਡੀਲਰ ਨਾਲ ਜਿੱਥੋਂ ਟਰੈਕਟਰ ਲੈਣਾ ਆਪਦਾ ਸੌਦਾ ਕਰ ਲਓ ਮੈਂ ਕੋਈ ਨਹੀਂ ਕਹਿ ਸਕਦਾ ਕਿ ਤੁਹਾਨੂੰ ਇੰਨਾ ਸਸਤਾ ਮਿਲੂਗਾ ਉਹ ਹੋ ਸਕਦਾ ਹੈ ਉਹ ਅਗਲੇ ਦੀ ਮਰਜ਼ੀ ਆ ਹੋ ਸਕਦਾ ਹੈ ਅਗਲਾ ਤੁਹਾਨੂੰ ਕਹੇ ਵੀ ਮੈਂ ਤਾਂ ਭਈ ਪੂਰੇ ਰੇਟ ਤੇ ਹੀ ਦਊਂਗਾ ਜਿੰਨਾ ਬਾਈ ਵਾਲਾ ਉਹ ਉਹਨੇ ਖੇਡਣਾ ਹੈ ਉਹਨੇ ਆਪਣਾ ਟਰੈਕਟਰ ਕੱਢਣਾ ਹੈ ਬਸ ਇਹ ਟਾਈਮ ਤੇ ਸੌਦੇ ਤੇ ਸਾਰਾ ਡਿਪੈਂਡ ਆ ਪਰ ਪਿੱਛੋਂ ਕੋਈ ਹੈ ਜਾਂ ਸਿਸਟਮ ਨਹੀਂ ਵੀ ਕੰਪਨੀਆਂ 21 ਦੇ ਮਾਰਕਿਆਂ ਵਾਲੇ ਪੁਰਾਣੇ ਟਰੈਕਟਰ ਨੇ ਘੱਟ ਵੇਚਣ ਆਏ ਨਹੀਂ ਕਿਉਂਕਿ ਕੋਸਟ ਆਫ ਪ੍ਰੋਡਕਸ਼ਨ ਤਾਂ ਸੇਮ ਹੀ ਆ ਸਾਲ ਬਦਲ ਨਾਲ ਹੋ ਸਕਦਾ ਕੋਈ ਥੋੜਾ ਜੀਮਿੰਦਾਰ ਦਾ ਕੋਈ ਮਾੜਾ ਮੋਟਾ ਫਾਇਦਾ ਹੋ ਜਵੇ ਉਹਦੇ ਵਿੱਚ ਵੀ ਦੋ ਤਿੰਨ ਤਰ੍ਹਾਂ ਦੇ ਲੋਕ ਨੇ ਕਈ ਬੰਦੇ ਸਿਆਣੇ ਹੁੰਦੇ ਨੇ ਕਈ ਕਹਿੰਦੇ ਨੇ ਸਾਨੂੰ 21 ਦੇ ਮਾਰਕਿਆਂ ਵਾਲਾ ਦੇ ਦਿਓ ਵੀ ਸਾਨੂੰ ਤਾਂ ਕੋਈ ਫਰਕ ਨਹੀਂ ਤਾਂ ਬੋਣਾ ਹੀ ਆ ਸਾਡਾ ਕੋਈ ਪੰਜੇ ਦਸੇ ਦਾ ਫਾਇਦਾ ਹੋ ਜਵੇ ਉਦਾਂ ਥੋੜਾ ਫਾਇਦਾ ਜਿਹੜਾ ਉਹ ਹੋ ਜ਼ਰੂਰ ਸਕਦਾ ਪਾਰੇ ਕੋਈ ਜ਼ਰੂਰੀ ਨਹੀਂ ਕੰਪਨੀ ਵੱਲੋਂ ਕੋਈ ਕਿਸੇ ਕਿਸਮ ਦੀ ਸਕੀਮ ਨਹੀਂ ਚਲਾਈ ਜਾਂਦੀ ਕਿ ਟਰੈਕਟਰ ਇੰਨਾ ਸਸਤਾ ਮਿਲਦਾ ਉਹ ਡੀਲਰ ਆਪ ਦਾ ਟਰੈਕਟਰ ਕੱਢਣ ਵਾਸਤੇ ਰੇਟ ਘੱਟ ਕਰਕੇ ਤੁਹਾਨੂੰ ਆ ਜਿਹੜਾ ਟਰੈਕਟਰ ਦੰਦਾ ਮਿਕਸ ਮਾਰ ਕੇ ਕਲੀਅਰ ਹੋ ਗਏ ਆ ਵੀ ਕਲੀਅਰ ਹੋ ਗਿਆ ਵੀ ਰੇਟ ਦਾ ਕੀ ਫਰਕ ਹੁੰਦਾ ਤੇ ਐਂਡ ਤੇ ਮੈਂ ਇੱਕ ਵਾਰੀ ਗੱਲ ਫੇਰ ਰਿਪੀਟ ਕਰ ਦਿੰਦਾ ਤੁਸੀਂ ਆਪਣੇ ਡੀਲਰ ਨਾਲ ਗੱਲ ਕਰ ਲੈਣੀ ਆ ਤਾਂ ਕਿ ਤੁਹਾਡਾ ਕੱਲ ਨੂੰ ਕੋਈ ਆਪਸ ਚ ਰੌਲਾ ਕੋਈ ਕਲੇਸ਼ ਕੱਪਾ ਨਾ ਹੋਵੇ ਸਮਝਿਓ ਗੱਲ ਕਿ ਮਾਡਲ ਟਰੈਕਟਰ ਸਾਡਾ ਕਿਹੜਾ ਹੋਊਗਾ ਮੈਨੂਫੈਕਚਰਿੰਗ ਤੁਸੀਂ ਗੱਲ ਕਰ ਲੈਣੀ ਆ ਵੀ ਭਾਈ ਅਸੀਂ ਆ ਇਹਦੀ ਮੈਨੂਫੈਕਚਰਿੰਗ ਲੈਣੀ ਆ ਆ ਅਸੀਂ ਨਵੇਂ ਸਾਲ ਦੇ ਵਿੱਚ ਜਿਹੜੇ ਮਾਰਕੇ ਨੇ ਉਹ ਤੁਸੀਂ ਆਪਣੇ ਖੜਕੇ ਡਿਸਾਈਡ ਕਰ ਲੈਣਾ ਉਹਦੇ ਵਿੱਚ ਵੀ ਕਿਉਂਕਿ ਦੋ ਚੱਕਰ ਹੋ ਜਾਂਦਾ ਟਰੈਕਟਰ ਬਾਈ ਮਾਡਲ ਹੋ ਜਾਊਗਾ ਪਰ ਟਾਇਰਾਂ ਦੇ ਮਾਰਕੇ ਪਿਛਲੇ ਸਾਲ ਵਾਲੇ ਹੋਣਗੇ ਕਿਉਂਕਿ ਪਿਛਲੇ ਸਾਲ ਚ ਪਏ ਹੋਏ ਨੇ ਇਹ ਇਹਦਾ ਤਰੀਕਾਕਾਰ ਆ ਇਹ ਸੀਐਸਆਰਪੀ ਇੱਕ ਡੇਟਾ ਜਿਹਦੇ ਵਿੱਚ ਜਿਹੜਾ ਡਾਟਾ ਇਨਪੁੱਟ ਹੋ ਗਿਆ ਉਹੀ ਰਹਿਣਾ ਹਾਂ ਇੱਕ ਗੱਲ ਮੈਂ ਜ਼ਰੂਰ ਕਲੀਅਰ ਕਰ ਦਿੰਨਾ ਹੈ ਕਈ ਅੱਗੇ ਕੀ ਹੁੰਦਾ ਸੀ ਪਲੇਟਾਂ ਬਦਲ ਲੰਦੇ ਹੁੰਦੇ ਸੀ ਪਲੇਟ ਪੱਟਣੀ ਇੰਜਣ ਤੋਂ ਜਿਹੜੀ ਮੇਨ ਪਲੇਟ ਆ ਉਹਦੀ ਕਾਪੀ ਤੇ ਟਰੇਸ ਲੱਗਦੀ ਹੁੰਦੀ ਸੀ ਉਹ ਜਿਹੜੀ ਟਰੇਸ ਜਾਣੀ ਉਹ ਉਹ ਸਾਲ ਦੀ ਚੱਲੀ ਜਾਣੀ ਉਹ ਸਾਲ ਦੀ ਕਾਪੀ ਬਣ ਜਾਂਦੀ ਸੀ ਕੋਈ ਡਾਟਾ ਤਾਂ ਹੁੰਦਾ ਨਹੀਂ ਸੀ ਹੁਣ ਉਹ ਪਲੇਟ ਨਾਲ ਕੋਈ ਲੈਣਾ ਦੇਣਾ ਨਹੀਂ ਜਿਹੜਾ ਟਰੈਕਟਰ ਡੀਲਰ ਦੀ ਦੁਕਾਨ ਤੇ ਖੜਾ ਹੈ ਉਹਦਾ ਰੈਕੋਰਡ ਉੱਥੇ ਪਿਆ ਹੈ TCRP ਚ 21 ਆ ਭਾਵੇਂ 22 ਆ ਉਹ ਉਹ ਡਾਟਾ ਬੋਲੂਗਾ ਕਹਿਣ ਤੋਂ ਭਾਵ ਸਭ ਤੋਂ ਜਿਹੜੀ ਜ਼ਰੂਰੀ ਤੁਸੀਂ ਨੋਟ ਕਰਨ ਵਾਲੀ ਗੱਲ ਹੈ ਲੜ ਬੰਨ ਲਓ ਗੱਲ ਨੂੰ ਜੇ ਤੁਹਾਨੂੰ ਕੋਈ ਇਹ ਕਹਿੰਦਾ ਕਿ ਆ ਮੈਂ ਪਲੇਟ ਪੱਟ ਕੇ 21 ਵਾਲੀ 22 ਦੀ ਲਾ ਦੂੰ ਕਦੇ ਨਹੀਂ ਹੁੰਦਾ ਬਾਈ ਉਹ ਜੇ ਉਹ 21 ਆ ਤਾਂ ਉਹ 21 ਹੀ ਰਹੂ ਜੇ ਉਹ 22 ਆ ਤੁਸੀਂ ਉਹਨੂੰ 21 ਨਹੀਂ ਕਰ ਸਕਦੇ ਉਹ ਡੇਟਾ ਹੈ ਜਿਹੜਾ ਹਰੇ ਕੰਪਨੀ ਦਾ ਬੰਦਾ ਇੱਕ ਦਿੱਲੀ ਬੈਠਾ ਹੈ ਉਹ ਡੇਟਾ ਉੱਥੇ ਇਨਪੁਟ ਪਾਉਂਦਾ ਹੈ ਜਿਹੜਾ ਮਾਡਲ ਜਿੱਥੇ ਦਾ ਬਣ ਗਿਆ ਜਿਹੜੇ ਸਾਲ ਦਾ ਉਹਨੂੰ ਡੀਲਰ ਜਾਂ ਤੁਸੀਂ ਜਾਂ ਕੋਈ ਕਾਪੀਆਂ ਬਣਾਉਣ ਵਾਲਾ ਕਦੇ ਵੀ ਉਹਨੂੰ ਪੱਟ ਕੇ ਅੱਗੇ ਪਿੱਛੇ ਆ ਜਿਹੜਾ ਉਹ ਨਹੀਂ ਕਰ ਸਕਦਾ ਕਿਸੇ ਦੀਆਂ ਗੱਲਾਂ ਦੇ ਵਿੱਚ ਵੀਰ ਬਣ ਕੇ ਨਹੀਂ ਆਉਂਗਾ ਠੀਕ ਹੈ ਜੀ ਮੇਰਾ ਖਿਆਲ ਹੈ ਉਮੀਦ ਕਰਦਾ ਸਾਰੀਆਂ ਗੱਲਾਂ ਕਲੀਅਰ ਹੋ ਗਈਆਂ ਹੋਣਗੀਆਂ ਜੇ ਕੋਈ ਗੱਲ ਵੀਰ ਫੇਰ ਵੀ ਰਹਿ ਗਈ ਥੱਲੇ ਕਮੈਂਟ ਕਰਦੇ ਹੋ ਮੈਂ ਉਹਦਾ ਤੁਹਾਨੂੰ ਜਵਾਬ ਦੇ ਦੂੰਗਾ ਜੇ ਕੋਈ ਰਿਕੁਆਇਰਡ ਹੋਈ ਮੈਂ ਉਹ ਵੀਡੀਓ ਪਾ ਦੂੰਗਾ ਠੀਕ ਹੈ ਅਗਲੀ ਗੱਲ ਜਿਹੜੇ ਮੈਨੂੰ ਹਲੇ ਵੀ ਕਰੀ ਜਾਂਦੇ ਨੇ ਫੇਸਬੁੱਕ ਤੇ ਖਾਹੇ ਟੱਪਦੇ ਨੇ ਸੁਭਰਾਜ ਦੀ ਪਾਉਂਦਾ ਬ੍ਰਦਰ ਮੇਰੀ ਵੀਡੀਓ ਤੁਸੀਂ ਕਿਉਂ ਦੇਖਦੇ ਹੋ ਬਾਰ-ਬਾਰ ਜੇ ਤੁਹਾਨੂੰ ਪਤਾ ਵੀ ਉਹਨੇ ਤਾਂ ਉਹੀ ਪਾਉਣੀ ਆ ਤੁਸੀਂ ਨਾ ਦੇਖੋ ਯਾਰ ਮੈਂ ਤਾਂ ਕਿਸੇ ਨੂੰ ਕਹਿੰਦਾ ਨਹੀਂ ਆਜ਼ਾਦੀ ਐ ਡੈਮੋਕ੍ਰੇਸੀ ਐ ਬੜੀ ਸ਼ਰਮ ਦੀ ਗੱਲ ਐ ਕਿ ਪੰਜਾਬੀ ਪੰਜਾਬੀ ਦੀਆਂ ਲੱਤਾਂ ਖਿੱਚਦਾ ਐ ਇਸੇ ਕਰਕੇ ਪੰਜਾਬ ਆ ਲੀਡਰਾਂ ਲੂਡਰਾਂ ਦਾ ਕੋਈ ਦੋਸ਼ ਨਹੀਂ ਦੋਸ਼ ਆਪਾਂ ਆ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਤੋਂ ਨਹੀਂ ਹਟਦੇ ਸਾਰੇ ਪੰਜਾਬੀ ਇਕਜੁੱਟ ਹੋ ਕੇ ਰਹਿਣ ਇੱਕ ਦੂਜੇ ਦੀ ਇੱਜ਼ਤ ਕਰਨਾ ਸਿੱਖਣ ਸਾਡੇ ਲੋਕਾਂ ਦਾ ਸਟੈਂਡਰਡ ਆ ਜਿਹੜਾ ਬੜਾ ਮੋਟਾ ਬਣੇ ਇੱਕ ਦੂਜੇ ਦੀ ਇੱਜ਼ਤ ਕਰਨੀ ਸਿੱਖੀਏ ਠੀਕ ਆ ਤਾਂ ਸਮਾਜ 'ਚ ਕੋਈ ਬਦਲਾਅ ਹੋਊਗਾ ਜੋ ਤੁਹਾਡੇ ਹਾਲਾਤ ਨੇ ਹਰੇਕ ਗੱਲ ਤੇ ਕਿੰਤੂ ਪਰੰਤੂ ਇਹ ਤਾਂ ਕੁਛ ਨਹੀਂ ਬਣਨਾ ਇਦਾਂ ਦਾ ਕਦੇ ਵੀ ਨਹੀਂ ਬਣਦਾ ਜੋਰ ਲਾ ਲੋੜਾ ਲੋੜ ਸੋ ਮੇਰਾ ਤਾਂ ਸਮਝਾਉਣਾ ਫਰਜ਼ ਆ ਅੱਗੇ ਤੁਹਾਡੀ ਮਰਜ਼ੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਰਾ ਸੱਚੇ ਪਾਤਸ਼ਾਹ ਤੁਹਾਡੇ ਤੇ ਮੇਰ ਕਰਨ ਚੜਦੀ ਕਲਾ ਦੇਣ ਸਰਮਤ ਬਖਸ਼ਣ ਸਤਿ ਸ੍ਰੀ ਅਕਾਲ ਜੀ